ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲੋਕ ਰੰਗ ਚੈਨਲ ਪੰਜਾਬੀ ਤੇ ਮੈਂ ਆਪ ਸਭ ਨੂੰ ਦਰਸ਼ਕਾਂ ਇਹਲਾ ਪ੍ਰੋਗਰਾਮ ਖਬਰਾਂ ਟੌਪ ਦੀਆਂ ਦੇ ਵਿੱਚ ਹਾਰਦਿਕ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਦਿਨ ਪਰ ਦੀਆਂ ਵੱਡੀਆਂ ਤੇ ਸਾਰੀਆਂ ਖਬਰਾਂ ਤੇ ਚਰਚਾ ਕਰਾਂਗੇ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਭਰਮਿੰਦਰ ਸਿੰਘ ਅਰਾਇਪੁਰ ਜੀ ਭਰਮਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਸੁਖਿੰਦਰ ਸਿੰਘ ਜੀ ਪਰਮਿੰਦਰ ਜੀ ਵੱਡੀ ਅਪਡੇਟ ਆ ਰਹੀ ਹੈ ਕਿ ਈਡੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਕਈ ਜਿਹੜੇ ਫਾਸਟ ਵੇ ਦੇ ਨਾਲ ਸੰਬੰਧਿਤ ਚੀਜ਼ਾਂ ਨੇ ਕਿਉਂਕਿ ਬੀਤੇ ਦਿਨ ਇੱਕ ਐਲਾਨ ਵੀ ਕੀਤਾ ਗਿਆ ਸੀ ਕਿ ਜਿਹੜਾ ਪੰਜਾਬ ਦੇ ਵਿੱਚ ਹੁਣ ਕੇਵਲ ਦਾ ਰੇਟ ਹੈ ਜਿਹੜਾ 100 ਰੁਪਏ ਕੀਤਾ ਗਿਆ ਉਸ ਤੋਂ ਬਾਅਦ ਕੇਵਲ অপারেਟਰਾਂ ਵੱਲੋਂ ਵਿਰੋਧ ਵੀ ਜਤਾਇਆ ਜਾਇਆ ਤੇ ਹੁਣ ਈਡੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਹਾਂ ਦੇਖੋ ਜਿਹੜਾ ਪਹਿਲਾਂ ਸੁਖਿੰਦਰ ਜੀ ਕਈ ਜਦੋਂ ਇਹ ਸਰਕਾਰ ਕਾਂਗਰਸ ਦੀ ਸਰਕਾਰ ਆਈ ਸੀ ਉਦੋਂ ਨuojot ਸਿੰਘ ਸਿੱਧੂ ਨੇ ਬੜੇ ਚਿੱਠੇ ਬਣਾਏ ਸੀਗੇ ਫਾਈਲਾਂ ਕੱਢੀਆਂ ਸੀਗੀਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸੀਗੇ ਜਦੋਂ ਕਾਫੀ ਕੁਝ ਡਾਟਾ ਪ੍ਰੈਸ ਕਾਨਫਰੰਸਾਂ ਜੇ ਉਹ ਕੀਤਾ ਚਲੋ ਠੰਡੇ ਵਸਤੇ ਚ ਪਾਇਆ ਸਾਰਾ ਕੁਝ ਉਸ ਤੋਂ ਬਾਅਦ ਅੱਜ ਹੁਣ ਦੁਬਾਰਾ ਫੇਰ ਜਿਹੜਾ ਕੇਬਲ ਬਾਰੇ ਗੱਲ ਹੋਈ ਹੈ ਮੁੱਖ ਮੰਤਰੀ ਚੰਨੀ ਨੇ ਵੀ ਗੱਲ ਕੀਤੀ ਹੈ ਹਾਲਾਂਕਿ ਉਸ ਚੀਜ਼ ਦਾ ਨਵਜੋਤ ਸਿੰਘ ਸਿੱਧੂ ਨੇ ਵਿਰੋਧ ਕਰਤਾ ਆ ਕਹਿੰਦੇ ਵੀ 100 ਰੁਪਏ ਕਿਵੇਂ ਹੋ ਸਕਦਾ ਟਰਾਈ ਦਾ 130 ਰੁਪਏ ਰੇਟ ਹੈਗਾ ਕਿੱਦਾਂ ਹੋ ਜੂਗਾ ਜਾਨੀ ਕਿ ਕਹਿਣ ਦਾ ਭਾਪ ਹੈ ਹੱਲ ਕੱਢਣ ਦੀ ਬਿਦਾਇ ਦੂਸ਼ਣ ਬਾਜੀ ਦਾ ਇਹਨਾਂ ਦਾ ਰੌਲਾ ਗੋਲਾ ਚੱਲਦਾ ਰਹਿੰਦਾ ਇਹ ਇੱਕ ਦੂਜੇ ਦਾ ਪਰ ਹੁਣ ਜਿਹੜਾ ਈਡੀ ਦੇ ਛਾਪੇ ਨੇ ਜਿਵੇਂ ਟਰਾਂਸਪੋਰਟ ਜਹਾ ਟਰਾਂਸਪੋਰਟ ਆ ਜਾਂ ਕੇਵਲ ਮਾਫੀਏ ਨਾਲ ਜੁੜੇ ਹੋਏ ਸਬੰਧਤ ਬੰਦੇ ਨੇ ਅਕਾਲੀਆ ਕੁਬੀ ਮੰਨਿਆ ਜਾਂਦਾ ਹੈ ਜਿਹੜਾ ਫਾਸਟਵੇਅ ਕੰਪਨੀ ਦਾ ਮਾਲਕ ਹੈ ਉਹਦੇ ਤੇ ਜਿਹੜਾ ਈਡੀ ਦੇ ਛਾਪੇ ਆ ਉਹ ਵੱਜੇ ਆ ਹੁਣ ਹਾਂ ਇਹ ਤਾਜ਼ਾ ਖਬਰ ਆ ਰਹੀ ਹੈ ਕਿ ਉਹ ED ਵੱਲੋਂ ਕਾਰਵਾਈ ਕੀਤੀ ਗਈ ਹੈ ਹੁਣ ਦੁਬਾਰਾ ਫੇਰ ਹੈ ਕਹਿ ਸਕਦੇ ਆਪਾਂ ਕਿ ਜਿਹੜਾ ਆ ਆ ਆਪਾਂ ਕਹੇ ਲੋ ਭ੍ਰਿਸ਼ਟਾਚਾਰ ਨਾਲ ਪੈਸਾ ਕਮਾਇਆ ਹੋਇਆ ਜਾਂ ਠੱਗੀਆਂ ਠੂਰੀਆਂ ਨਾਲ ਜਾਂ ਲੋਕਾਂ ਨੂੰ ਲੁੱਟ ਕੇ ਪੈਸਾ ਬਣਾਇਆ ਹੋਇਆ ਉਹ ਕਿਤੇ ਨਾ ਕਿਤੇ ਤਾਂ ਪੰਜਾਬ ਦਾ ਪੈਸਾ ਲੁਕਿਆ ਪਿਆ ਹੀ ਹੈ ਨਾ ਉਹ ਮੁਠੀ ਭਰ ਲੋਕ ਨੇ ਜਿਨ੍ਹਾਂ ਦੇ ਜਿਨ੍ਹਾਂ ਨੇ ਇਹ ਪੈਸਾ ਪੈਸੇ ਤੇ ਆਪਣਾ ਕਬਜ਼ਾ ਜਮਾਇਆ ਹੋਇਆ ਦੇ ਵਿੱਚ ਜ਼ਿਆਦਾਤਰ ਪੋਲੀਟੀਸ਼ੀਅਨ ਕਹਿ ਲੋ ਜੀ ਉਤੋਂ ਬਾਅਦ ਜਿਹੜੇ ਵੱਡੇ ਵੱਡੇ ਲੈਵਲ ਦੇ ਅਧਿਕਾਰੀ ਨੇ ਸਰਕਾਰੀ ਤੌਰ ਤੇ ਜਿਨ੍ਹਾਂ ਕੋਲ ਪਾਵਰ ਆ ਨੇ ਉਹ ਕਹਿ ਲਓ ਉਤੋਂ ਬਾਅਦ ਜਿਹੜੇ ਪੋਲਿਟਿਸ਼ੀਨਾਂ ਦੇ ਨਾਲ ਆਇਆ ਕਹਿ ਸਕਦੇ ਆ ਕਿ ਟੱਚ ਨੇ ਸਿੱਧੇ ਤੌਰ ਤੇ ਜੀ ਜਿਨ੍ਹਾਂ ਦਾ ਉੱਤੇ ਭਰੋਸਾ ਹੈ ਉਹਨਾਂ ਨੂੰ ਵੱਡੇ ਵੱਡੇ ਕਾਰੋਬਾਰੀ ਦੱਸ ਕੇ ਉਹਨਾਂ ਦੇ ਹੱਥ ਚ ਪੈਸਾ ਭੇਜਿਆ ਹੋਇਆ ਤੇ ਉਹ ਟੈਕਸ ਵੀ ਨਹੀਂ ਭਰਦੇ ਤੇ ਟੈਕਸ ਚੋਰੀ ਕਰਦੇ ਆ ਤੇ ਲੋਕਾਂ ਨੂੰ ਲੁੱਟ ਕੇ ਖਾਣ ਦਾ ਉਹਨਾਂ ਦਾ ਜਿੰਮਾ ਆ ਜੀ ਉਹਨਾਂ ਦੇ ਵਿੱਚੋਂ ਹਿੱਸਾ ਫਿਰ ਪੋਲਿਟਿਸ਼ੀਨਾਂ ਨੂੰ ਜਾਂਦਾ ਸੋ ਇਹ ਜੇ ਮੁਠੀ ਭਰ ਲੋਕਾਂ ਦੇ ਉੱਤੇ ਕਾਰਵਾਈ ਤਾਂ ਪਹਿਲਾਂ ਕਰ ਦੇਣੀ ਚਾਹੀਦੀ ਸੀ ਬਹੁਤ ਸਮਾਂ ਪਹਿਲਾਂ ਅੱਜ ਦੇ ਨਹੀਂ ਚਾਹੇ ਕਾਲੀ ਸਰਕਾਰ ਸੀ ਜੇ ਉਹ ਅੱਜ ਉਹ ਦਮਗਜੇ ਮਾਰਦੇ ਆ ਕਿ ਅਸੀਂ ਲੋਕਾਂ ਦੀ ਗੱਲ ਕਰਦਾਂ ਵਾਲੇ ਆ ਅਸੀਂ ਲੋਕਾਂ ਦੇ ਘਰੇ ਜਾ ਜਾ ਕੇ ਜਲੇਬੀਆਂ ਘੱਟ ਰਿਹਾ ਕੋਈ ਜਾ ਸਿੱਧੂ ਜਾਂ ਚੰਨੀ ਬੈਠ ਕੇ ਸਮੋਸੇ ਖਾਂਦੇ ਜਾਂ ਚਾਹ ਪੀਂਦੇ ਜਾਂ ਆਟੂਆਂ ਦੇ ਵਿੱਚ ਬੈਠਦੇ ਕੋਈ ਕੇਜਰੀਵਾਲ ਵਰਗੇ ਆਂਦੇ ਆ ਇਹ ਚੀਜ਼ਾਂ ਸਾਰੀਆਂ ਪਹਿਲਾਂ ਹੋਣੀਆਂ ਚਾਹੀਦੀਆਂ ਸੀਗਾ ਪੰਜਾਬ ਕੋਲ ਪੈਸਾ ਘਾਟ ਨਹੀਂ ਪੰਜਾਬ ਕੋਲ ਜੀ ਪੰਜਾਬ ਦੇ ਕੋਲ ਬਹੁਤ ਕੁਝ ਹੈ ਜੇ ਪੰਜਾਬ ਦੇ ਲੋਕਾਂ ਨੂੰ ਲੁੱਟਣਾ ਛੱਡ ਦੇਣ ਇਹ ਪੰਜਾਬ ਦੇ ਲੋਕਾਂ ਦਾ ਕਚੁੰਬਰ ਕੱਟਣਾ ਛੱਡ ਦੇਣਾ ਬਹੁਤ ਕੁਝ ਪੰਜਾਬ ਦਾ ਸਮਰ ਸਕਦਾ ਹੈ ਪੰਜਾਬ ਨੂੰ ਕਿਸੇ ਦੇ ਬਾਹਰੀ ਕੋਈ ਪਾਵਰ ਕਹਿ ਲੋ ਜਾਂ ਕੋਈ ਸੱਤਾ ਕਹਿ ਲੋ ਜਾਂ ਤਾਕਤ ਕਹਿ ਲੋ ਕਿਸੇ ਹੋਰ ਸੂਬੇ ਦੀ ਜਾਂ ਸੈਂਟਰ ਦੀ ਕੋਈ ਉਹ ਚਾਪਲੂਸੀ ਕਰਨ ਦੀ ਲੋੜ ਨਹੀਂ ਹੈ ਇਹਨਾਂ ਲੋਕਾਂ ਨੇ ਪੰਜਾਬ ਕੰਗਾਲ ਕਰਿਆ ਹੋਇਆ ਹੈ ਇਹਨਾਂ ਦਾ ਸਫਾਇਆ ਹੋਣਾ ਚਾਹੀਦਾ ਹੈ ਚਾਹੇ ਉਹ ਮੰਤਰੀ ਹੈ ਕੋਈ ਚਾਹੇ ਮੌਜੂਦਾ ਹੈ ਚਾਹੇ ਸਾਬਕਾ ਚਾਹੇ ਕੋਈ ਪੋਲੀਟੀਸ਼ੀਅਨ ਹੈ ਜਿਹੜਾ ਹਾਲੇ ਸੱਤਾ 'ਚ ਨਹੀਂ ਆਇਆ ਉਹਦੇ ਕੋਲ ਉਹਦੇ ਕੋਲ ਪੈਸਾ ਕਿੱਥੋਂ ਆਇਆ ਟੈਕਸ ਕਿੰਨਾ ਭਰਦਾ ਕੀ ਕਿਵੇਂ ਭਰ ਰਿਹਾ ਹੁੰਦਾ ਰੈਵਨਿਊ ਦੇ ਸਾਧਨ ਕੀ ਨੇ ਉਹ ਸਾਰਾ ਕੁਝ ਅਪ ਟੂ ਡੇਟ ਹੋਣਾ ਚਾਹੀਦਾ ਤੇ ਉਹ ਈਡੀ ਜਾਂ ਹੋਰ ਜਿਹੜੀਆਂ ਏਜੰਸੀਆਂ ਨੇ ਜਿਸ ਨਿਰਪੱਖ ਤੌਰ ਤੇ ਜਾਂਚ ਕਰ ਲੈਣਾ ਬਥੇਰਾ ਕੁਝ ਨਿਕਲ ਕੇ ਸਾਹਮਣੇ ਆ ਸਕਦਾ ਸੋ ਬਕਾਲਤ ਹਾਲਾਂਕਿ ਸਿੱਧੂ ਕਰ ਰਹੇ ਹੈ ਈਡੀ ਦੀ ਛਾਪਿਆਂ ਦੀ ਬਕਾਲਤ ਕਰ ਰਹੇ ਹੈ ਉਹ ਤਾਣ ਪੱਤਨ ਦੇਖੋ ਕਿਤੇ ਲੱਗਦੀ ਹੈ ਕਈ ਵਾਰ ਕੋਈ ਰੰਜਿਸ਼ ਦੇ ਕਾਰਨ ਹੀ ਹੋ ਜਾਂਦਾ ਹੈ ਜੀ ਠੀਕ ਹੈ ਉਹ ਰੰਜਿਸ਼ ਤੱਕ ਸੀਮਤ ਨਾ ਰਹੇ ਜੇ ਸੱਚੀ ਮੁੱਚੀ ਜਿਹਨਾਂ ਲੋਕਾਂ ਦੇ ਉੱਤੇ ਛਾਪੇ ਮਾਰੀ ਹੋ ਰੇ ਜੇ ਸੱਚੀ ਮੁੱਚੀ ਉਹਨਾਂ ਕੋਲ ਪੈਸਾ ਹੈ ਔਰ ਕਾਲਾ ਧਨ ਹੈ ਜਾਂ ਭ੍ਰਿਸ਼ਟਾਚਾਰੀ ਨੇ ਹੋ ਜਾ ਉਹਨਾਂ ਨੇ ਲੁੱਟ ਕੇ ਖਾਧਾ ਪੰਜਾਬ ਤਾਂ ਉਹ ਸਾਰਾ ਪੈਸਾ ਆ ਕੇ ਪੰਜਾਬ ਦੇ ਖਾਨੇ ਚ ਜਮਾ ਹੋਣਾ ਔਰ ਔਰ ਵੱਡੀ ਗੱਲ ਹੈ ਕਿ ਉਹ ਐਡਾ ਤੇ ਨਹੀਂ ਲੱਗਣਾ ਚੀਜ਼ ਤਾਂ ਫਿਰ ਸਰਕਾਰ ਜੀ ਮੈਂ ਚੰਨੀ ਨੇ ਕੱਲ ਇੱਥੇ ਯੂਨੀਵਰਸਿਟੀ ਦੇ ਵਿੱਚ ਅਨਾਉਂਸਮੈਂਟ ਕੀਤੀ ਹੈ ਕੋਈ ਗ੍ਰਾਂਟ ਦੀ ਪਰ ਅੱਜ ਸਾਰੇ ਨਿਊਜ਼ਪੇਪਰਾਂ ਦੇ ਉੱਤੇ ਨੇ ਲੱਖਾਂ ਕਰੋੜਾਂ ਰੁਪਏ ਦੀ ਐਡ ਦੇਤੀ। ਇਕੱਲੇ ਦੀ ਫੋਟੋ ਯੂਨੀਵਰਸਿਟੀ ਦੀ ਫੋਟੋ ਲਾ ਕੇ ਕਰੋੜਾਂ ਰੁਪਏ ਦੀ ਗ੍ਰਾਂਟ ਉਹ ਐਡ ਦੇਦੀ ਐਡਵਰਟਾਈਜ਼ ਉਹਦਾ ਫਾਇਦਾ ਲੋਕਾਂ ਨੂੰ ਕੀ ਐ? ਉਹ ਤਾਂ ਪੈਸਾ ਤੁਸੀਂ ਉਧਰੋਂ ਕੱਢਿਆ ਐ ਖਰਚਦਾ। ਬਿਲਕੁਲ ਉਧਰੋਂ ਲਿਆ ਇਹਨਾਂ ਲੋਕਾਂ ਨੂੰ ਦੇਤਾ। ਸੋ ਇਹ 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 ਚੀਜ਼ ਤੋਂ ਇਹ 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 ਲੋਕਾਂ ਨੂੰ ਪੁੱਛਣੀ ਚਾਹੀਦੀ ਹੁਣ ਇਹ ਇਹਦਾ ਵੀ ਹਿਸਾਬ ਦੇਣ ਚੰਨੀ ਸਾਹਿਬ ਇਹ ਪੈਸਾ ਕਿੱਥੋਂ ਆਇਆ ਜੀ? ਤੇ ਕਿੱਥੇ ਲੱਗ ਰਿਹਾ? ਕਿ ਇਹਨਾਂ ਦਾ ਪੈਸਾ ਇਹ ਕਿਵੇਂ ਇਕੱਠਾ ਹੋਇਆ ਸੀ ਸਰਕਾਰ ਦੇ ਖਜ਼ਾਨੇ 'ਚ ਤੇ ਵਰਤਿਆ ਕਿਵੇਂ ਜਾ ਰਿਹਾ ਕਿਉਂ ਵਰਤਿਆ ਜਾ ਰਿਹਾ ਇੱਧਰ ਲੋਕਾਂ ਲਈ ਕਿਉਂ ਨਹੀਂ ਵਰਤਿਆ ਜਾ ਰਿਹਾ ਸੋ ਜਿਹੜੇ ਏਡੀ ਜਾਂ ਹੋਰ ਏਜੰਸੀਆਂ ਨੇ ਇਦਾਂ ਦੀਆਂ ਉਹਨਾਂ ਨੂੰ ਸਹੀ ਰਦੇ ਤਰੀਕੇ ਨਾਲ ਸੱਚੀ ਮੁੱਚੀ ਸੱਚ ਸਾਹਮਣੇ ਲਿਆਉਣਾ ਚਾਹੀਦਾ ਤੇ ਬਣਦਾ ਵੀ ਹੈ ਪੰਜਾਬ ਦੇ ਲੋਕਾਂ ਨਾਲ ਸਹੀ ਇਨਸਾਫ ਹੋ ਜਾਵੇ ਇਦਾਂ ਦਾ ਜੀ ਪਰਮਿੰਦਰ ਜੀ ਦੂਸਰੇ ਪਾਸੇ ਜਿਵੇਂ ਬੀਤੇ ਦਿਨੀ ਗੁਰਪੁਰਬ ਵਾਲੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੋਰਾਂ ਨੇ ਹalal ਕੀਤਾ ਸੀ ਖੇਤੀ ਕਾਨੂੰਨ ਰੱਦ ਕਰਨ ਦਾ ਉਸ ਉੱਤੇ ਹੁਣ ਕੇਂਦਰੀ ਮੰਤਰੀ ਮੰਡਲ ਹੋਰਾਂ ਨੇ ਵੀ ਜਿਹੜੀ ਮੋਹਰ ਲਾ ਦਿੱਤੀ ਹੈ ਤੇ ਹੁਣ ਸਦਨ ਦੇ ਵਿੱਚ ਪੇਸ਼ ਹੋਣੇ ਨੇ ਤੇ ਦੂਸਰੇ ਪਾਸੇ ਕਿਸਾਨਾਂ ਵੱਲੋਂ ਜਿਹੜੇ ਪਹਿਲਾਂ ਐਲਾਨ ਕੀਤੇ ਗਏ ਸੀ ਟਰੈਕਟਰ ਨਾਲ ਹੁਣ ਮਾਰਚ ਕੀਤਾ ਜਾਣਾ ਹੈ ਉਸੇ ਦਿਨ ਪੇਸ਼ ਹੋਣਾ ਸਦਨ ਦੇ ਵਿੱਚ ਜਿਹੜੇ ਕਾਨੂੰਨ ਨੇ ਇਸ ਬਿੱਲ ਨੂੰ ਜਿਹੜਾ ਰੱਦ ਕਰਨ ਲਈ ਲਿਆਂਦਾ ਜਾ ਰਿਹਾ ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਜਿਹੜੇ ਪਹਿਲਾਂ ਪ੍ਰੋਗਰਾਮ ਉਲਿੱਕੇ ਗਏ ਨੇ ਤੇ ਉਹ ਜਿਹੜੀਆਂ ਸ਼ਹਾਦਤਾਂ ਹੋਈਆਂ ਨੇ ਉਹਨਾਂ ਸੰਬੰਧੀ ਵੀ ਨੇ ਤੇ ਜਿਹੜੀ ਹੋਰ ਕਈ ਮੰਗਾਂ ਨੇ ਕਿਸਾਨਾਂ ਦੀਆਂ ਉਹਨਾਂ ਉੱਤੇ ਕੀ ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰ ਹੋ ਸਕਦਾ ਜਾਂ ਨਹੀਂ ਹੋਏਗਾ ਕਿਉਂਕਿ ਕਿਸਾਨ ਲਗਾਤਾਰ ਕੁਝ ਹੋਰ ਵੀ ਮੰਗਾਂ ਨੇ ਜਿਹੜੀਆਂ ਉਹ ਕਰ ਰਹੇ ਨੇ ਸਾਰੇ ਘਟਨਾ ਕ੍ਰਮ ਨੂੰ ਕਿਸ ਤਰ੍ਹਾਂ ਦੇਖਦੇ ਨੇ 29 ਨਵੰਬਰ ਨੂੰ ਜਿਹੜਾ ਕਹਿ ਸਕਦੇ ਕਿ ਇੱਕ ਇਤਿਹਾਸਿਕ ਅੰਦੋਲਨ ਦਾ ਨਤੀਜਾ ਨਿਕਲਣ ਜਾ ਰਿਹਾ ਹੈ ਕਹਿ ਸਕਦੇ ਆਪਾਂ ਜੀ ਜੀ ਅੰਦੋਲਨ ਇਤਿਹਾਸਿਕ ਹੈ ਕੋਈ ਇਤਿਹਾਸਿਕ ਦਿਨ ਨਹੀਂ ਹੈਗਾ ਉਹ ਕਿਉਂਕਿ ਇਹ ਤਾਂ ਕਾਲੇ ਕਾਨੂੰਨ ਸੀਗੇ ਇਹਨਾਂ ਨੂੰ ਰੱਦ ਕਰਨਾ ਕੋਈ ਉਹ ਥੋੜੀ ਆ ਕੋਈ ਪ੍ਰਾਪਤੀ ਥੋੜੀ ਹੈ ਕੋਈ ਇਹਨਾਂ ਨੂੰ ਰੱਦ ਕਰਨਾ ਇਹ ਤਾਂ ਸਰਕਾਰ ਨੇ ਬਣਾਏ ਸੀ ਉਹਨਾਂ ਨੇ ਗਾਲ ਘੋਟਿਆ ਸੀ ਅੰਦੋਲਨ ਇਤਿਹਾਸਿਕ ਹੈ ਜਿਨ੍ਹਾਂ ਨੇ ਆਪਣੇ ਹੱਕ ਲਈ ਲੜਿਆ ਜਿਨ੍ਹਾਂ ਨੇ ਔਰ ਸਫਲਤਾ ਪ੍ਰਾਪਤ ਕੀਤੀ ਉਹਨਾਂ ਦੇ ਲਈ ਇਤਿਹਾਸਿਕ ਅੰਦੋਲਨ ਦਾ ਇਤਿਹਾਸਿਕ ਦਿਨ ਹੋ ਸਕਦਾ ਹੈ ਤੇ ਇਹ ਇਹ ਨਵੰਬਰ 29 ਨਵੰਬਰ ਨੂੰ ਕਹਿ ਰਹੇ ਆ ਵਿਸੰਸਦਤ ਦੇ ਵਿੱਚ ਦੋਵਾਂ ਸਦਨਾਂ 'ਚ ਜਿਹੜਾ ਉਹ ਤਰਜੀਹ ਦੇ ਤੌਰ ਦੇ ਤੇ ਤਰਜੀਹੀ ਤੌਰ ਤੇ ਆਹ ਕਾਨੂੰਨ ਰੱਦ ਕਰਨ ਦੀ ਜਿਹੜੀ ਹੈਗੀ ਕਾਰਵਾਈ ਸ਼ੁਰੂ ਹੋ ਜੇਗੀ ਕਿਉਂਕਿ ਜਿਹੜੀਆਂ ਰਸਮੀ ਕਾਰਵਾਈਆਂ ਨੇ ਉਹਨਾਂ ਨੂੰ ਪੂਰਿਆ ਕਰ ਲਿਆ ਗਿਆ ਅਨੁਰਾਧ ਠਾਕਰ ਜਿਹੜੇ ਕੈਬਨਿਟ ਮਿਨਿਸਟਰੀ ਨੇ ਕੱਲ ਪ੍ਰੈਸ ਕਾਨਫਰੰਸ ਰਾਈ ਜਾਣਕਾਰੀ ਦਿੱਤੀ ਹੈ ਔਰ ਜਲਦੀ ਰਾਸ਼ਟਰਪਤੀ ਦੀ ਜਿਹੜੀ ਹੈਗੀ ਆ ਉਹ ਮੂਵ ওভার ਲੱਗ ਜਗੀ ਦੀਗਾ ਦੂਜੇ ਪਾਸੇ ਰਕੇਸ਼ ਤਖਤ ਹੋ ਰਹੇ ਨੇ ਜਿਹੜੇ ਕਿਸਾਨ ਜਥੇਬੰਦੀ ਦੇ ਆਗੂ ਨੇ ਜ ਉਹਨਾਂ ਵੱਲੋਂ ਵੀ ਬਿਆਨ ਜਾਰੀ ਹੋਇਆ ਹੈ ਕਿ 60 ਟਰੈਕਟਰਾਂ ਨਾਲ ਜਿਹੜਾ ਹੈਗਾ ਮਾਰਚ ਸੰਸਦ ਵੱਲ ਕੀਤਾ ਜਾਊਗਾ 29 ਤਰੀਕ ਨੂੰ 27 ਤਰੀਕ ਨੂੰ ਇੱਕ ਮੀਟਿੰਗ ਕਰਨੀ ਹੈ ਇਹਨਾਂ ਨੇ ਸਾਰੀਆਂ ਜਥੇਬੰਦੀਆਂ ਨੇ ਐਸ ਕੇ ਐਮ ਕਹ ਲੋ ਤਬੀ ਅੰਦੋਲਨ ਦੀ ਨਵੀਂ ਰੂਪਰੇਖਾ ਜਿਹੜੀ ਹੈਗੀ ਕੀ ਹੈ ਕਿੱਥੇ ਤੱਕ ਜਾਣਾ ਹੈ ਹਲੇ ਔਰ ਕਿਹੜੀਆਂ ਮੰਗਾਂ ਨੇ ਜਿੱਦਾਂ ਜਿਹੜੇ 700 ਦੇ ਕਰੀਬ ਕਿਸਾਨ ਉੱਥੇ ਸ਼ਹੀਦ ਹੋ ਗਏ ਜਾਂ ਐਮਐਸਪੀ ਦਾ ਰੌਲਾ ਆ ਜਾਂ ਜਾਂ ਪਰਚੇ ਦਰਜ ਹੋਏ ਹੋਏ ਨੇ ਜਿਹੜੇ ਕਿਸਾਨਾਂ ਦੇ ਉੱਤੇ ਉਹ ਇਹਨਾਂ ਸਾਰਿਆਂ ਤੇ ਜਦੋਂ ਉਹ ਕਹਿੰਦੇ ਜਦੋਂ ਤੱਕ ਫਸਲਾਂ ਦੇ ਭਾਅ ਜਿਹੜੇ ਹੈਗੇ ਸਹੀ ਤਰੀਕੇ ਨਾਲ ਸਹੀ ਭਾਜ ਜਦੋਂ ਤੱਕ ਮਿਲਣ ਦੀ ਕੋਈ ਰੂਪਰੇਖਾ ਲਿਖ ਕੇ ਉਹਨਾਂ ਦੇ ਮੋਹਰ ਨਹੀਂ ਲੱਗ ਜਾਂਦੀ ਸਰਕਾਰ ਵਾਅਦਾ ਕਰਦੀ ਹੈ ਵੀ ਦੁੱਗਣੀ ਆਮਦਨ ਹੋ ਜਾਊਗੀ ਕਿ ਜਨਵਰੀ ਤੋਂ ਉਹ ਵੀ ਕਹਿੰਦੇ ਕੁਐਸਚਨ ਪੁੱਛਣਾ ਉਹ ਸਪਸ਼ਟ ਕਰੇ ਕਿਵੇਂ ਹੋਊ ਕੀ ਕਿਦਾਂ ਆਪਾਂ ਨੂੰ ਦੁੱਗਣੀ ਕਰਨ ਦੀ ਗੱਲ ਕਰਦੇ ਆ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜਾ ਅੰਦੋਲਨ ਹੈਗਾ ਉਹ ਅੱਗੇ ਜਾਣਾ ਹੈ ਕਿਦਾਂ ਲੈ ਕੇ ਜਾਣਾ ਹੈ ਕਦੋਂ ਤੱਕ ਲੈ ਕੇ ਜਾਣਾ ਹੈ ਕੀ ਗੱਲ ਹੋਣੀ ਹੈ ਸਰਕਾਰ ਨਾਲ ਬੈਠਕ ਹੋਣੀ ਹੈ ਗੱਲਬਾਤ ਕਰਨੀ ਹੈ ਸਾਰੀਆਂ ਗੱਲਾਂ-ਵੱਤਾਂ ਦੇ ਉੱਤੇ ਜਿਹੜਾ ਹੈਗਾ ਫਿਲਹਾਲ ਉਹ ਕਹਿੰਦੇ 27 ਤਰੀਕ ਨੂੰ ਮੀਟਿੰਗ ਕਰਕੇ ਵਿਚਾਰ ਕੀਤਾ ਜਾਊਗਾ ਪਰ ਫਿਲਹਾਲ 29 ਨਵੰਬਰ ਨੂੰ 1000 ਕਿਸਾਨ ਔਰ 60 ਟਰੈਕਟਰਾਂ ਦੇ ਉੱਤੇ ਸਵਾਰ ਹੋ ਕੇ ਸਾਦਨਵਾਲਾ ਕੂਚ ਕਰ ਰਹੇ ਨੇ ਉਧਰ ਦੇਖਣਗੇ ਵੀ ਕਾਰਵਾਈ ਵੀ ਕੀ ਹੈ ਲੋਕਾਂ ਨਾਲ ਵੀ ਮਿਲਣਗੇ ਮੰਤਰੀਆਂ ਨਾਲ ਵੀ ਗੱਲ ਕਰਨਗੇ ਜੇ ਕੋ ਉਹਨਾਂ ਨੂੰ ਬੜਦਾ ਜਾਂ ਜਿੱਦਾਂ ਵੀ ਉਹਨਾਂ ਦਾ ਪ੍ਰੋਸੈਸ ਉਹਨਾਂ ਨੇ ਉਲੀਕਿਆ ਹੋਇਆ ਕੋਈ ਪ੍ਰੋਗਰਾਮ ਲਿਖਿਆ ਉਹਦੇ ਤਹਿਤ ਹਲੇ ਜਿਹੜਾ ਮਾਰਚ ਹੈਗਾ ਉਹ ਕਰਿਆ ਜਾਊਗਾ ਰਿਕਵੈਸਟ ਕਾਇਦ ਕੰਦ ਅੰਦੋਲਨ ਹੋਰ ਚੱਲੂਗਾ ਇੱਥੇ ਖਤਮ ਨਹੀਂ ਹੋ ਰਿਹਾ ਜੀ ਆਉਣ ਵਾਲੇ ਸਮੇਂ 'ਚ ਜਿਹੜੀਆਂ ਬਾਕੀ ਦੀਆਂ ਮੰਗਾਂ ਨੇ ਉਹਨਾਂ ਦੇ ਉੱਤੇ ਵੀ ਸਰਕਾਰ ਦੇ ਉੱਤੇ ਦਬਾਅ ਬਣਾ ਕੇ ਉਹਨਾਂ ਨੂੰ ਵੀ ਮਨਵਾਇਆ ਜਾਊਗਾ ਜੀ ਪ੍ਰਮੇਂਦਰ ਜੀ ਇੱਕ ਚੀਜ਼ ਜਿਹੜੀਆਂ ਪੰਜ ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਉਹਨਾਂ ਜੋ ਹੋਣ ਜਾ ਰਹੀਆਂ ਨੇ ਉਹਨਾਂ ਦੇ ਵਿੱਚੋਂ ਕੁਝ ਸੂਬੇ ਜਏ ਨੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਹੁਰੀ ਬੀਜੇਪੀ ਦਾ ਜਿਹੜਾ ਪ੍ਰਚਾਰ ਕਰਦੇ ਦਿਖਾਈ ਦੇਣਗੇ ਤੇ ਦੂਸਰੇ ਪਾਸੇ ਅਪਰਨੀਤ ਕੌਰ ਹੋਰਾਂ ਦਾ ਬੀਤੇ ਦਿਨ ਇੱਕ ਬਿਆਨ ਆਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਂ ਪਰਿਵਾਰ ਨਾਲ ਖੜੀ ਹਾਂ ਉਸ ਤੇ ਚੱਲਦੇ ਹਾਂ ਕਾਂਗਰਸ ਵੱਲੋਂ ਹੁਣ ਨੋਟਿਸ ਜਾਰੀ ਕੀਤਾ ਗਿਆ ਕਿ ਭਾਈ ਤੁਸੀਂ ਆਪਣੀ ਸਥਿਤੀ ਨੂੰ ਸਪਸ਼ਟ ਕਰੋ ਕਿ ਤੁਸੀਂ ਜਿਹੜਾ ਪਾਰਟੀ ਦੇ ਕਹਿੰਦੇ ਗਤੀਵਿਧੀਆਂ ਦਾ ਵਿਰੋਧ ਕਹਿੰਦੇ ਤੁਸੀਂ ਸਵਧਾਨਿਕ ਤੌਰ ਤੇ ਵਿਰੋਧ ਦੇ ਵਿੱਚ ਜਾ ਰਹੇ ਹੋ ਦੂਸਰੇ ਦੋਵੇਂ ਚੀਜ਼ਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਕੈਪਟਨ ਮਰਿੰਦਰ ਸਿੰਘ ਨੇ ਤਾਂ ਗੱਲ ਸਪਸ਼ਟ ਕਰ ਦਿੱਤੀ ਹੈ ਪਹਿਲਾ ਪ੍ਰਨੀਤ ਕੌਰ ਦੀ ਗੱਲ ਕਰਦੇ ਆ ਤਾਂ ਸ਼੍ਰੀਮਤੀ ਪ੍ਰਨੀਤ ਕੌਰ ਨੇ ਜਿਹੜੇ ਉਹਨਾਂ ਨੇ ਬੀਤੇ ਦਿਨ ਕਿਹਾ ਸੀ ਕਿ ਉਹ ਪਰਿਵਾਰ ਨਾਲ ਖੜੇ ਨੇ ਹੁਣ ਜੇ ਪਰਿਵਾਰ ਦੀ ਦੇਖੀ ਜਾਵੇ ਇਸ ਗੱਲ ਨੂੰ ਲਿਆ ਜਾਵੇ ਤਾਂ ਪਰਿਵਾਰ ਦਾ ਪਰਿਵਾਰ ਹੁੰਦਾ ਹੈ ਪਾਰਟੀ ਨੇ ਪਤਾ ਨਹੀਂ ਨੋਟਿਸ ਕਿਹੜੇ ਬੇਸ ਤੇ ਉਹਨਾਂ ਨੂੰ ਕੱਢਿਆ ਉਹਦੇ ਇੱਕ ਉਹ ਧਰਮ ਪਤਨੀ ਨੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਜੀ ਤੇ ਪਰਿਵਾਰ ਦੇ ਨਾਲ ਤਾਂ ਖੜਨਾ ਹੀ ਪਊਗਾ ਪਾਰਟੀ ਦੀਆਂ ਗਤੀਵਿਧੀਆਂ ਅਲੱਗ-ਅਲੱਗ ਹੋ ਸਕਦੀਆਂ ਨੇ ਅੱਜਕੱਲ ਤਾਂ ਬੜਾ ਕੁਛ ਹੈ ਘਰ ਵਾਲਾ ਕਿਸੇ ਪਾਰਟੀ ਹੁੰਦਾ ਉਹਦੀ ਪਤਨੀ ਕਿਸੇ ਪਾਰਟੀ ਜੀ ਹੁੰਦੀ ਹੈ ਭਰਾ ਕਿਸੇ ਪਾਰਟੀ ਜੀ ਹੁੰਦਾ ਪਰ ਦੂਜਾ ਭਰਾ ਕਿਸੇ ਪਾਰਟੀ ਜੀ ਹੁੰਦਾ ਤੇ ਤੇ ਭੈਣ ਕਿਸੇ ਪਾਸੇ ਹੁੰਦੀ ਹੈ ਜਾਂ ਧੀ ਕਿਸੇ ਪਾਸੇ ਹੁੰਦੀ ਹੈ ਪਾਰਟੀ ਇਹ ਗੱਲ ਵੱਖਰੀ ਹੋ ਸਕਦੀ ਆ ਪਰ ਇਹਨੂੰ ਪਾਰਟੀ ਨੇ ਜਿਹੜਾ ਹੈਗਾ ਉਹ ਫਿਲਹਾਲ ਇਸੇ ਕਰਕੇ ਮੈਂ ਕਹਿਣਾ ਕਿ ਨੋਟਿਸ ਕੱਢਣ ਦਾ ਉਹ ਕੋ ਮੌਕਾ ਸੀ ਜਿਹੜਾ ਉਹਨਾਂ ਨੂੰ ਉਹਨਾਂ ਨੇ ਜਾਣ ਨਹੀਂ ਦਿੱਤਾ ਕਿ ਇਸ ਇਸ ਬਿਹਾਫ ਤੇ ਕੱਢ ਦੋ ਹਾਲਾਂਕਿ ਉਹਨੇ ਪਾਰਟੀ ਦੀ ਕੋਈ ਗੱਲ ਨਹੀਂ ਸੀ ਕੀਤੀ ਪਰਿਵਾਰ ਦੇ ਨਾਲ ਖੜਨਾ ਤਾਂ ਉਹ ਪਰਿਵਾਰਕ ਤੌਰ ਤੇ ਤਾਂ ਖੜਨ ਗਈ ਬਿਲਕੁਲ ਹਾਂ ਜਦੋਂ ਉਹ ਪ੍ਰਚਾਰ ਕਰਨ ਜਾਂ ਕਾਂਗਰਸ ਨੂੰ ਨਿੰਦਣ ਫੇਰ ਫੇਰ ਬੱਕਰੀ ਗੱਲ ਹੁਣ ਇਦਾਂ ਹੈ ਵੀ ਜੇ ਉਹ ਆਪ ਅਸਤੀਫਾ ਦਿੰਦੇ ਹੈ ਪ੍ਰਨੀਤ ਗੌਰ ਉਹਦਾ ਦਬਾਅ ਇਦਾਂ ਦਾ ਬਣਾਇਆ ਗਿਆ ਨੋਟਿਸ ਰਾਈ ਕਿ ਜੇ ਤਾਂ ਅਸਤੀਫਾ ਆਪ ਦਿੰਦੇ ਹੈ ਆ ਫੇਰ ਤਾਂ ਉਹ ਐ ਕਹ ਲਓ ਕਿ ਸੀਟ ਖਾਲੀ ਹੋ ਜਾਂਦੀ ਹੈ ਜੀ ਤੇ ਜੇ ਉਹਨੂੰ ਪਾਰਟੀ ਕੱਢ ਦੇ ਤਾਂ ਉਹਨਾਂ ਦੀ ਜਿਹੜੀ ਸੰਸਦ ਮੈਂਬਰੀ ਹੈਗੀ ਆ ਉਹ ਬਣ ਨਹੀਂ ਬਣੀ ਰਹੂਗੀ ਜੀ ਉਹ ਬਣੇ ਰਹਿਣਗੇ ਉਹ ਵੀ ਕਦੋਂ ਛੱਡਣਗੇ ਉਹ ਪੋਲੀਟੀਸ਼ਨ ਤਾਂ ਉਹ ਵੀ ਨੇ ਉਹਨਾਂ ਨੂੰ ਪਤਾ ਹੀ ਆ ਉਹ ਵੀ ਕੋਈ ਕੱਢ ਦੇ ਕੱਢੀ ਜਾਣ ਦੇ ਉਹ ਪਾਰਟੀ ਲੱਗ ਬਣ ਗਈ ਆ ਉਹਨਾਂ ਦੀ ਤੇ ਉਹਦੇ ਤਹਿਤ ਕੰਮ ਕਰ ਲੈਣਗੇ ਹੁਣ ਹਰੀਸ਼ ਚੌਧਰੀ ਜਿਹੜਾ ਨੋਟਿਸ ਕੱਢਿਆ ਆ ਉਹ ਮੇਰੇ ਖਿਆਲ ਨਾਲ ਉਹਦਾ ਜਵਾਬ ਦਿੱਤਾ ਜਾਊਗਾ ਦੇ ਕੇ ਉਸ ਤੋਂ ਬਾਅਦ ਇਹ ਬਦਵਾਜ ਦਾ ਨਾ ਬਣਾਣਗੇ ਕਾਂਗਰਸ ਪਾਰਟੀ ਆਪ ਇਹ ਸਟੈਪ ਲਵੇ ਜਿਵੇਂ ਕੈਪਟਨ ਨੂੰ ਤਾਂ ਚਲੋ ਮਜਬੂਰ ਕੀਤਾ ਪਰ ਇਹਨਾਂ ਨੂੰ ਪਾਰਟੀ ਚੋਂ ਕੱਢਣ ਇਹਨਾਂ ਦੇ ਸੰਸਦ ਮੈਂਬਰੀ ਬਣੀ ਰਹੇ ਜੀ ਤੇ ਦੂਜੇ ਪਾਸੇ ਕਿਉਂਕਿ ਇਧਰ ਹਰਸੀਮਰ ਤਕੌਰ ਬਾਦਲ ਹੈ ਜਿਹੜੇ ਉਹਨਾਂ ਨੇ ਉਧਰੋਂ ਗੱਠ ਜੋੜ ਤੋਂ ਨਾਤਾ ਤੋੜ ਕੇ ਆਪਣੀ ਤੋਂ ਅਸਤੀਫਾ ਦਿੱਤਾ ਸੀ ਆਪਣੇ ਮੰਤਰੀ ਪਦ ਤੋਂ ਤਾਂ ਇਹ ਭਾਜਪਾ ਨਾਲ ਹੱਥ ਮਿਲਾਇਆ ਹੈ ਕੈਪਟਨ ਮਨਿੰਦਰ ਸਿੰਘ ਦਾ ਤੇ ਉਧਰ ਭਾਜਪਾ ਸੈਂਟਰ ਚ ਹੈ ਜੀ ਤੇ ਭਾਜਪਾ ਲਈ ਸ਼ਰਿਆਮ ਪ੍ਰਚਾਰ ਕੀਤਾ ਜਾ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਦਾ ਸੋ ਹੋ ਸਕਦਾ ਕਿ ਤੇ ਉੱਥੇ ਬਜਰੀ ਲੈ ਲੈਣ ਨਾਲ ਜੀ ਜਦੋਂ ਸੰਸਦ ਮੈਂਬਰ ਹੈਗੇ ਨੇ ਫਿਰ ਭਾਜਪਾ ਬਜਰੀ ਵੀ ਦੇ ਸਕਦੀ ਆ ਇਹ ਚ ਕੋਈ ਵੱਡੀ ਗੱਲ ਨਹੀਂ ਤੋ ਮਤਲਬ ਕਹਿ ਲਓ ਆਪਣੇ ਫਾਇਦੇ ਲਈ ਬਹੁਤ ਕੁਝ ਸੋਚਣਾ ਪਏਗਾ ਇਹਨਾਂ ਨੂੰ ਸੋਚ ਵੀ ਰਹੇ ਨੇ ਜੀ ਜਿਹੜਾ ਹਰਸੀਮਰਤ ਕੌਰ ਨੇ ਜਿਹੜਾ ਉਹਦਾ ਛੱਡਿਆ ਉਹ ਉੱਥੇ ਮਿਲ ਸਕਦਾ ਇਹਨਾਂ ਨੂੰ ਬੀਜੇਪੀ ਦੇ ਵਿੱਚ ਆ ਸੈਂਟਰ ਦੇ ਵਿੱਚ ਜਾ ਕੇ ਕੈਪਟਨ ਮਹਿੰਦਰ ਸਿੰਘ ਦੇ ਪਾਸੋਂ ਦੂਜੇ ਪਾਸੇ ਜੇ ਕੈਪਟਨ ਦੀ ਗੱਲ ਕਰਦੇ ਹਾਂ ਉਹਨਾਂ ਨੇ ਸ਼੍ਰੀਆਮ ਕਿਹਾ ਉਹ ਲਗਾਤਾਰ ਭੂਮਿਕਾ ਬਣਨੀ ਜਾ ਰਹੀ ਹੈ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ ਉਹਨਾਂ ਨੇ ਸ਼੍ਰੀਆਮ ਕਿਹਾ ਕਿ ਪ੍ਰਾਈਮ ਮਿਨਿਸਟਰ ਜਿਹੜੇ ਹੈਗੇ ਉਹ ਮੇਰੇ ਲਈ ਪ੍ਰਚਾਰ ਕਰਨ ਆਗੇ ਪੰਜਾਬ ਚ ਤੇ ਮੈਂ ਹੋਰ ਨਾਲ ਸੂਬਿਆਂ ਲਈ ਭਾਜਪਾ ਹੋਰ ਨਾਲ ਸੂਬਿਆਂ ਦੇ ਵਿੱਚ ਭਾਜਪਾ ਲਈ ਪ੍ਰਚਾਰ ਕਰਾਂ ਤੇ ਉਹ ਕਹਿੰਦੇ ਉਹਨਾਂ ਨੇ ਤਾਂ ਸ਼੍ਰੀਆਮ ਕਹਦਾ ਵੀ ਕਾਂਗਰਸ ਦੀਆਂ ਅਸੀਆਂ ਗੱਲਾਂ ਮੇਰੇ ਕੋਲ ਨੇ ਜਿਨ੍ਹਾਂ ਦਾ ਜਵਾਬ ਇਹਨਾਂ ਕੋਲ ਹੈ ਹੀ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਬੋਲਣਾ ਖੋਲੂਗਾ ਉਹ ਕਹਿੰਦੇ ਮੈਂ ਕਾਂਗਰਸ ਦੀ ਰਗ ਰਗ ਤੋ ਬਾਖਪ ਹੈ ਉਹਨੇ ਮਤਲਬ ਕਹਿ ਲੋ ਰਾਜਨੀਤਿਕ ਲੜਾਈ ਬੜੇ ਅਹਿਮ ਦੌਰ ਤੇ ਪਹੁੰਚ ਗਈ ਹੈ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਕਾਂਗਰਸ ਨਾਲ ਜੁੜੇ ਰਹੇ ਹੈ ਜਿਹੜੇ ਹੁਣ ਅੰਦਰਲੇ ਬੰਦਨ ਦਾ ਪਤਾ ਹੀ ਹੁੰਦਾ ਹੈ ਦੇਖੋ ਕਾਂਗਰਸ ਦੀਆਂ ਜਿਹੜੀਆਂ ਅ ਕਹਿ ਸਕਦੀਆਂ ਕਿ ਕਾਲੀਆਂ ਨੀਤੀਆਂ ਕਹਿ ਲੋ ਜਿਨ੍ਹਾਂ ਨੇ ਪੰਜਾਬ ਨੂੰ ਖਤਮ ਕੀਤਾ ਉਹ ਅੱਜ ਸਾਹਮਣੇ ਦਾ ਸਕਦੀਆਂ ਨੇ ਬਿਲਕੁਲ ਭਾਵੇਂ ਉਹਨਾਂ ਦਾ ਕਿਸੇ ਟਾਈਮ ਹਿੱਸਾ ਰਹਿ ਨਹੀਂ ਕੈਪਟਨ ਅਮਰਿੰਦਰ ਸਿੰਘ ਜੀ ਪਰ ਜਿਵੇਂ ਕਾਇਦ ਨੇ ਇੱਕ ਖਾਬਤ ਜੀ ਬਣੀ ਹੋਈ ਹੈ ਕਿ ਘਰ ਦਾ ਪੇਤੀ ਦੰਗਾਟਾ ਹੈ ਉਹ ਗੱਲ ਤਾਂ ਆਊਗੀ ਨਾ ਹੁਣ ਸਾਹਮਣੇ ਕਿ ਅੱਗੇ ਦਾ ਕਿਦਾਂ ਪੰਜਾਬ ਨੂੰ ਉਹਨਾਂ ਨੇ ਮੜੀਆ ਮੇਟ ਕੀਤਾ ਚਾਹੇ ਕੋਈ ਪਾਰਟੀ ਸੀ ਉਹਦੇ ਵਿੱਚ ਸਾਰੇ ਹੀ ਸ਼ਾਮਲ ਸੀਗੇ ਕੈਪਟਨ ਅਮਰਿੰਦਰ ਸਿੰਘ ਵੀ ਜੇ ਭਾਜਪਾ ਨੇ ਕੀਤਾ ਤਾਂ ਅਕਾਲੀ ਦਲ ਵੀ ਸ਼ਾਮਲ ਸੀ ਭਾਜਪਾ ਨਾਲ ਗੱਠ ਜੋੜ ਰਿਆ ਸੋ ਬਚਦਾ ਕੋਈ ਵੀ ਨਹੀਂ ਆਉਣ ਦਿਓ ਇਨਕਲਾਬ ਹੈ ਆਉਣ ਦਿਓ ਲੋਕਾਂ ਨੂੰ ਪਤਾ ਲੱਗਣ ਦਿਓ ਇਹ ਤਾਂ ਜਲਦ ਹੋਣਾ ਚਾਹੀਦਾ ਇਹ ਗੱਲ ਲੋਕਾਂ ਨੂੰ ਪਤਾ ਲੱਗੇ ਲੋਕਾਂ ਨੂੰ ਸਮਝ ਆਵੇ ਕਿ ਕਿਵੇਂ ਪਾਰਟੀਆਂ ਲੁੱਟਤੀਆਂ ਨੇ ਜੀ ਜੀ ਫਰਮਿੰਦਰ ਜੀ ਇੱਕ ਜਿਸ ਤਰ੍ਹਾਂ ਤੁਸੀਂ ਸ਼ੁਰੂਆਤੀ ਦੌਰ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਮੁੱਖ ਮੰਤਰੀ ਚੰਨੀ ਹੂਰੀ ਪੰਜਾਬੀ ਯੂਨੀਵਰਸਿਟੀ ਪਹੁੰਚੇ ਸੀ ਤਾਂ ਚੰਨੀ ਸਾਹਿਬ ਨੇ ਜਿੱਥੇ ਐਲਾਨ ਕੀਤਾ ਕਿ ਜਿਹੜਾ 150 ਕਰੋੜ ਰੁਪਏ ਦਾ ਕਰਜ਼ਾ ਪੰਜਾਬੀ ਯੂਨੀਵਰਸਿਟੀ ਤੋਂ ਪੰਜਾਬ ਸਰਕਾਰ ਭਰੇਗੀ ਮੈਨੂੰ ਯਾਦ ਹੈ ਤੇ ਦਰਸ਼ਕਾਂ ਨੂੰ ਵੀ ਯਾਦ ਹੋਏਗਾ ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਵਾਲੀ ਅਗਵਾਈ ਵਾਲੀ ਸਰਕਾਰ ਸੀ ਪੰਜਾਬ ਸਰਕਾਰ ਉਹਨਾਂ ਨੇ ਵੀ ਆਪਣੇ ਇੱਕ ਕੈਬਨਟ ਮੀਟਿੰਗ ਦੇ ਵਿੱਚ ਲਾ ਲਓ ਫੈਸਲਾ ਕੀਤਾ ਸੀ ਕਿ ਸਾਰਾ ਕਰਜ਼ਾ ਮਾਫ ਕੀਤਾ ਜਾਏਗਾ ਪੰਜਾਬ ਸਰਕਾਰ ਪਰ ਹੈਗੀ ਉਸੇ ਤਰ੍ਹਾਂ ਦਾ ਹੁਣ ਨਵੇਂ ਮੁੱਖ ਮੰਤਰੀ ਐਲਾਨ ਕਰਕੇ ਨੇ ਗਰੰਟਾ ਸੁਣਦੇ ਵੀ ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ ਪਰ ਇਸ ਦੌਰਾਨ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਿਕਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਹੋਰਾਂ ਦੀ ਜਿਸ ਦੇ ਵਿੱਚੋ ਸ਼ਰੀਆਮ ਕਹਿੰਦੇ ਆ ਕਿ ਬੀਸੀ ਸਾਹਿਬ ਤਾਂ ਜਿਹੜੇ ਨੇ ਉਹ ਆਰਐਸਐਸ ਦੇ ਬੰਦੇ ਆ ਜੀ ਇਸ ਤਰ੍ਹਾਂ ਦੀ ਜਿਹੜੀ ਸ਼ਬਦਾਵਲੀ ਆ ਇੱਕ ਜਿਹੜੀ ਵਿਸ਼ਵ ਦੀ ਦੂਸਰੀ ਭਾਸ਼ਾ ਦੇ ਆਧਾਰ ਤੇ ਬਣੀ ਹੋਈ ਯੂਨੀਵਰਸਿਟੀ ਉਹ ਉਸਦੇ ਚਾਂਸਲਰ ਦੇ ਲਈ ਅਜਿਹੀ ਸ਼ਬਦਾਵਲੀ ਵਰਤਣੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਮਦਨ ਲਾਲ ਜਲਾਲਪੁਰ ਹੋਰੀ ਕਦੇ ਸੀਐਮ ਚੰਨੀ ਹੋਰਾਂ ਦੇ ਨਾਲ ਹੀ ਹੁੰਦੇ ਸੀ ਜਦੋਂ ਕੈਪਟਨ ਹੋਰਾਂ ਦੇ ਵਿਰੁੱਧ ਬਗਾਵਤ ਹੋਈ ਜਿਹੜਾ ਈ ਧੜਾ ਸੀ ਉੱਭਰਿਆ ਸੀ ਤੇ ਹੁਣ ਇਹ ਆਪਸ ਦੇ ਵਿੱਚ ਹੀ ਕਾਟੋ ਗਲੇਸ਼ ਪੈ ਰਹੇ ਇਹਨਾਂ ਦਾ ਕਿਸ ਤਰ੍ਹਾਂ ਦੇਖਦੇ ਹੋ ਮੈਂ ਥੋੜਾ ਜਾਇ ਇਹਨੂੰ 2-4 ਮਿੰਟ ਤੁਹਾਡੇ ਤੋਂ ਮੰਗਦਾ ਕਿ ਪ੍ਰੋਗਰਾਮ ਦੀ ਭਾਵੇਂ ਸਮਾਪਤੀ ਵਾਲੇ ਪਾਸੇ ਆਪਾਂ ਜਾ ਰਹੇ ਹਾਂ ਤਾਂ ਸਮਾਂ ਜ਼ਿਆਦਾ ਹੋ ਜਾਂਦਾ ਹੈ ਪਹਿਲੀ ਗੱਲ ਇਸ ਇਸ ਖਬਰ ਦੇ ਉੱਤੇ ਚਰਚਾ ਕਰਨ ਤੋਂ ਪਹਿਲਾਂ ਮੈਂ ਇੱਕ ਦੋ ਗੱਲਾਂ ਸਾਂਝੀਆਂ ਕਰਦਾ ਦਰਸ਼ਕਾਂ ਦੇ ਨਾਲ ਲਈ ਜ਼ਰੂਰੀ ਨੇ ਉਹਦੇ ਵਿੱਚ ਪ੍ਰਗਟ ਸਿੰਘ ਦਾ ਵੀ ਨਾਮ ਆਉਂਦਾ ਹੈ ਨਵਜੋਤ ਸਿੰਘ ਸਿੱਧੂ ਦਾ ਵੀ ਆਉਂਦਾ ਹੈ ਚੰਨੀ ਦਾ ਵੀ ਆਉਂਦਾ ਹੈ ਅ ਸੁਖਵੀਰ ਸਿੰਘ ਬਾਦਲ ਕੇਜਰੀਵਾਲ ਕੈਪਟਨ ਮਨਿੰਦਰ ਸਿੰਘ ਸਾਰੇ ਜਿਹੜੇ ਵੱਡੇ ਲੀਡਰ ਨੇ ਸਾਰਿਆਂ ਦੇ ਨਾਮ ਆਉਂਦੇ ਨੇ ਕਿਉਂਕਿ ਉਹ ਪ੍ਰਚਾਰ ਕਰਨ ਦੇ ਵਿੱਚ ਬੜਾ ਟਿੱਲ ਲਾਇਆ ਹੋਇਆ ਉਹਨਾਂ ਨੇ ਜੀ ਅਸੀਂ ਪੰਜਾਬ ਲਈ ਐਂ ਕਰਦਾਂਗੇ ਅਸੀਂ ਪੰਜਾਬ ਲਈ ਉਹ ਕਰਦਾਂਗੇ ਮੁਫਤ ਖੋਰ ਬਣਾ ਤੇ ਪੰਜਾਬ ਦੇ ਲੋਕ ਇਹਨਾਂ ਨੇ ਨਕਾਰਾ ਨਕਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਯਾਰੀ ਇੱਕ ਤਾਜੀ ਘਟਨਾ ਹੈਗੀ ਆ ਮੈਂ ਤੁਹਾਨੂੰ ਅੱਜ ਅੱਜ ਦੇ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਖਬਰ ਲੱਗੀ ਹੋਈ ਆ ਬਠਿੰਡਾ ਤੋਂ ਇੱਕ ਲੜਕੀ ਜੀ ਮੈਰੀਟੋਰੀਅਸ ਸਕੂਲ ਜਿਹੜੇ ਇਹਨਾਂ ਨੇ ਸਰਕਾਰ ਨੇ ਸ਼ੁਰੂ ਕੀਤੇ ਸੀਗੇ ਜੀ ਉਹਦੇ ਵਿੱਚ ਪੜ੍ਹਦੀ ਲੜਕੀ ਨੇ ਬਿਨਾ ਕਿਸੇ ਕੋਚਿੰਗ ਦੇ ਨੀਟ ਦੀ ਪ੍ਰੀਖਿਆ ਐਮਬੀਬੀਐਸ ਲਈ ਜ਼ਰੂਰੀ ਹੁੰਦੀ ਹੈ ਜਿਹੜੀ ਨੀਟ ਦੀ ਪ੍ਰੀਖਿਆ ਪਾਸ ਕੀਤੀ ਹੈ 700 ਤੋਂ 582 ਨੰਬਰ ਲੈ ਕੇ ਜੀ ਲੇਕਿਨ ਉਹਦਾ ਸੁਪਨਾ ਡਾਕਟਰ ਬਣਨ ਦਾ ਪੂਰਾ ਨਹੀਂ ਹੋ ਰਿਹਾ ਕਾਰਨ ਇਹ ਹੈ ਕਿ ਉਹਦੇ ਘਰੇ ਗਰੀਬੀ ਬਹੁਤ ਹੈ ਬਾਪ ਦਾ ਸਾਆ ਸਿਰ ਤੇ ਨਹੀਂ ਮਾਂ ਆਂਗਣਵਾੜੀ ਵਰਕਰ ਹੈ 4000 ਜਾਂ 4200 ਰੁਪਿਆ ਕੁਝ ਰੁਪਿਆ ਮਹੀਨਾ ਮਿਲਦਾ ਹੈ ਉਸ ਨੂੰ ਜੀ ਜੀ ਮੈਰੀਟੋਰੀਅਸ ਸਕੂਲ ਦੇ ਵਿੱਚ ਪੜ੍ਹੀ ਹੋਈ ਹੈ ਬਿਨਾ ਕੋਚਿੰਗ ਤੋਂ ਉਸ ਕੁੜੀ ਨੇ ਲੜਕੀ ਨੇ ਉਸ ਧੀ ਨੇ ਪੰਜਾਬ ਦੀ ਨੇ ਬਿਨਾ ਕੋਚਿੰਗ ਲਏ ਨੀਟ ਦੇ ਵਿੱਚ 582 ਨੰਬਰ ਹਾਸਲ ਕਰੇ ਇਸੇ ਤਰ੍ਹਾਂ ਇੱਕ ਸਟੂਡੈਂਟ ਬੱਚਾ ਅੰਮ੍ਰਿਤਸਰ ਲੱਕੇ ਦਾ ਹੈ ਜੀ ਉਹਨੇ 542 ਨੰਬਰ ਲਏ ਮੈਰੀਟੋਰੀਅਸ ਸਕੂਲ ਦੇ ਵਿੱਚ ਉਹਦਾ ਫਾਦਰ ਸਬਜੀ ਦਾ ਬਕਰੇਤਾ ਹੈਗਾ ਉਹ ਸਬਜੀ ਵੇਚਦਾ ਆ ਮਾਂ ਅਤੇ ਬਾਪ ਦੋਨੋਂ ਨੇ ਗਰੀਬ ਨੇ ਘਰ 'ਚ ਪੈਸੇ ਨਹੀਂ ਹੈਗੇ ਜੀ ਉਹਨਾਂ ਬੱਚਿਆਂ ਦੇ ਲਈ ਇਹਨਾਂ ਨੀਟ ਦੀਆਂ ਪ੍ਰੀਖਿਆਵਾਂ માં ਜਿਹੜੇ ਕਲੀਅਰ ਕਰ ਚੁੱਕੇ ਜਿਨ੍ਹਾਂ ਦੀ ਕੋਚਿੰਗ ਲੱਖਾਂ ਰੁਪਏ 'ਚ ਮਿਲਦੀ ਆ ਜਿਨ੍ਹਾਂ ਨੂੰ ਐਡਮਿਸ਼ਨਾਂ ਲੈਣ ਦੇ ਲਈ ਲੋਕਾਂ ਨੂੰ ਤਿੰਨ ਤਿੰਨ ਚਾਰ ਚਾਰ ਸਾਲ ਲਾ ਦਿੰਦੇ ਨੇ ਕੋਚਿੰਗਾਂ 'ਚ ਉਹਨਾਂ ਦੇ ਵਿੱਚ ਆ ਮੈਰਿਟੋਰੀ ਸਕੂਲਾਂ ਦੇ ਬੱਚੇ 126 ਬੱਚਿਆਂ ਨੇ ਕਲੀਅਰ ਕੀਤਾ ਮੈਰਿਟੋਰੀ ਸਕੂਲ ਦੇ ਬੱਚਿਆਂ ਨੇ ਸਟੂਡੈਂਟਸ ਨੇ ਨੀਟ ਪਰ ਗਰੀਬ ਬੱਚੇ ਨੇ ਇਹ 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 ਸਿਆਣੇ ਏਡੇ ਸਮਝਦਾਰ ਏਡੇ ਇੰਟੈਲੀਜੈਂਟ ਕਹਿ ਲੋ ਆਪਾਂ ਇਹਨਾਂ ਨੂੰ ਹੋਸ਼ਿਆਰ ਬੱਚੇ ਨੇ ਇਹ ਫੀਸਾਂ ਭਰਨ ਖਣੋ ਅੱਜ ਡਾਕਟਰ ਬਣ ਦਾ ਸੁਪਨਾ ਆਪਣਾ ਵਿਚਾਰੇ ਦਿਲ ਦੇ ਵਿੱਚ ਹੀ ਮਾਰ ਲੈਣਾ ਇਹਨਾਂ ਨੇ ਜੋ ਵੀ ਦਿਮਾਗ ਦਿਲ ਜੋ ਕੁਝ ਸ਼ਬਦ ਲੈਣੇ ਉੱਥੇ ਹੀ ਮਰ ਜਾਣਾ ਇਹਨਾਂ ਦਾ ਇਹਨਾਂ ਦਾ ਸੁਪਨਾ ਕੌਣ ਸਕਾਰ ਕਰੂ 7 ਤੋਂ 8 ਲੱਖ ਰੁਪਇਆ ਸਰਕਾਰੀ ਕਾਲਜਾਂ ਦੀ ਫੀਸਸ ਕੰਪਲੀਟ ਦੀ ਜੀ ਐਮਬੀਬੀਐਸ ਦੀ ਜੀ ਜਿਹੜੇ ਬੱਚੇ ਦੇ ਘਰ ਦੀ ਆਮਦਨ 4000 ਰੁਪਇਆ ਪਤੀ ਮਹੀਨਾ ਆ ਉਹ ਕਿੱਥੋਂ ਕਰ ਲੂ ਜੀ ਬਾਕੀ ਸਟੇਟਾਂ ਦੇ ਵਿੱਚ ਰਾਜਸਥਾਨ ਦੇ ਵਿੱਚ 3 ਲੱਖ ਰੁਪਏ ਹਿਮਾਚਲ ਚ 1 ਲੱਖ ਰੁਪਏ ਸਰਕਾਰੀ ਕਾਲਜਾਂ ਦੀ ਫੀਸ ਤੇ ਹਰਿਆਣਾ ਦੇ ਵਿੱਚ 371000 ਹੈ ਤੇ ਸਾਡੇ ਪੰਜਾਬ ਦੇ ਵਿੱਚ ਕੀ ਕੀੜੀ ਕਿਹੜੀ ਭੀੜ ਪਈ ਹੋਈ ਹੈ ਇਹਨਾਂ ਨੂੰ ਸਰਕਾਰੀ ਕਾਲਜਾਂ ਦੀ ਫੀਸ ਇੰਨੀ ਜ਼ਿਆਦਾ ਕੀਤੀ ਹੋਈ ਹੈ 50-50 ਲੱਖ ਰੁਪਏ ਡੋਨੇਸ਼ਨਾਂ ਦੇ ਕਿ ਸੀਟਾਂ ਲੈਂਦੇ ਨੇ ਲੋਕ ਪ੍ਰਾਈਵੇਟ ਕਾਲਜਾਂ ਦੀ ਪਰਹਮਾ ਰਣੀ ਆ ਇਹਨਾਂ ਬਾਰੇ ਕਿਉਂ ਨਹੀਂ ਬੋਲਦੇ ਆ ਸਿੱਧੂ ਜੀ ਕਿਉਂ ਨਹੀਂ ਬੋਲਦੇ ਅੱਜ ਚੰਨੀ ਸਾਹਿਬ ਕਿਉਂ ਨਹੀਂ ਬੋਲਦੇ ਜਾਂ ਆਹ ਕੈਪਟਨ ਮਰਿੰਦਰ ਸਿੰਘ ਸੁਖਵੀਰ ਬਾਦਲ ਇਹਨਾਂ ਬੱਚਿਆਂ ਨੂੰ ਇਹਨਾਂ ਬੱਚਿਆਂ ਦਾ ਸੁਪਨਾ ਕੌਣ ਪੂਰਾ ਕਰੂਗਾ ਭਈ ਅੱਡ ਕੇਜਰੀਵਾਲ ਹੋ ਗਿਆ ਪ੍ਰਗਟ ਸਿੰਘ ਕੱਲ ਜਿਸ ਪੱਤਰਕਾਰ ਨੇ ਖਬਰ ਲਾਈ ਆ ਉਹਨੇ ਉਹਨੇ ਨਾਲ ਲਿਖਿਆ ਕਿ ਪ੍ਰਗਟ ਸਿੰਘ ਔਰ 베ਰਕਾ ਰਾਜਕੁਮਾਰ 베ਰਕਾ ਨੂੰ ਫੋਨ ਕਰਿਆ ਗਿਆ ਫੋਨ ਹੀ ਨਹੀਂ ਚੱਕੇ ਬਾਰ ਬਾਰ ਕਨੈਕਟ ਨਹੀਂ ਹੋ ਪਾਇਆ ਕਹਿੰਦੇ ਆਹ ਸਾਡੇ ਮੰਤਰੀ ਨੇ ਇਹ ਲੋਕਾਂ ਦੀ ਗੱਲ ਕਰਨਗੇ ਕਿ ਹਾਂ ਹਾਂ ਲੋਕਾਂ ਨੂੰ ਕੀ ਚਾਹੀਦਾ ਇਹ ਦੱਸਣਗੇ ਠੀਕ ਹੈ ਜੀ ਆ ਆ ਸਾਡੇ ਸਾਡੇ ਹਾਲਾਤ ਇਹ ਨੇ ਇਹ ਸਿੱਖਿਆ ਪ੍ਰਣਾਲੀ ਤੇ ਕਿਉਂ ਨਹੀਂ ਬੋਲਦਾ ਕੋਈ ਕਿਉਂ ਇਹਨਾਂ ਨੂੰ ਇਹਨਾਂ ਨੂੰ ਫੜੋ ਬਾਏ ਇਹਨਾਂ ਬੱਚਿਆਂ ਦੀ ਆ ਗਰੀਬ ਬੱਚਿਆਂ ਦੀ ਸਿੱਖਿਆ ਭਰੀ ਕਰੋ ਜੀ ਕਰੋ ਸਿੱਖਿਆ ਭਰੀ ਪਹਿਲੀ ਤੋਂ ਲੈ ਕੇ ਜਿੰਨੀ ਵੀ ਪੜਾਈ ਕਰਨੀ ਚਾਹੁੰਦਾ ਹੈ ਬੱਚਾ ਗਰੀਬ ਬੱਚਾ ਹੈ ਉਹਦੀ ਸਿੱਖਿਆ ਭਰੀ ਕਰੋ ਦਿਓ ਸਹੂਲਤਾਂ ਉਹਨਾਂ ਨੂੰ ऐसे लायक ਬੱਚਿਆਂ ਨੂੰ ਲਾਇਕ ਦੀ ਗੱਲ ਕਰ ਲੋ ਆਪਾਂ ਗੱਲ ਕਰਨ ਸੀ ਸਾਇਨਾ ਨੇਵਾਲ ਦੀ ਜੀ ਜੀ बैडमिंटਨ ਵਾਲੀ ਦੀ ਲੜਕੀ ਦੀ ਜੀ ਉਹਦੀ ਉਹਦੀ ਦੇਖੋ ਮਤਲਬ ਇਹ ਸਾਡੇ ਨਾਲ ਜੁੜੀਆਂ ਘਟਨਾਵਾਂ ਨੇ ਆਮ ਲੋਕਾਂ ਨਾਲ ਤਾਂ ਕੀ ਹੁੰਦਾ ਆਪਾਂ ਜਾਇਜਾ ਲਾ ਲਓ ਕਿ ਉਹ ਜਿਹੜੀ ਇੰਟਰਨੈਸ਼ਨਲ ਪਲੇਅਰ ਹੈ ব্রونز ਹੈ 올림픽 ਦੇ ਵਿੱਚ ਹੋਰ ਬਥੇਰੇ ਮੈਡਲ ਜਿੱਤੇ ਹੋਏ ਨੇ ਕਾਮਨਵੈਲਥ ਗੇਮਸ ਦੇ ਵਿੱਚ ਵੀ ਏਸ਼ੀਅਨ ਗੇਮਸ ਜੋ ਵੀ ਚਲੋ ਜਿੰਨੀਆਂ ਵੀ ਉਹਨਾਂ ਨੇ ਮੈਡਲ ਲਏ ਉਹਨੂੰ ਭਾਰਤ ਸਰਕਾਰ ਨੇ ਵੀ ਪਦਮਸ਼ਰੀ ਜਾਂ ਹੋਰ ਰਿਵਾਰਡ ਦਿੱਤੇ ਹੋਏ ਨੇ ਖੇਲ ਰਤਨ ਮਿਲਿਆ ਅਰਜਨ ਵਾਰਦੀਆ ਤੇ ਸਾਰਾ ਕੁਝ ਹੈ ਉਹ ਉਸ ਲੜਕੀ ਨੂੰ ਬੈਡਮਿੰਟਨ ਦੀ ਕੋਚਿੰਗ ਦੇਣ ਵਾਲਾ ਸੈਂਟਰ ਖੋਲਣ ਦੇ ਲਈ ਜੀ ਸੂਬਿਆਂ ਨੇ ਜਗ੍ਹਾ ਨਹੀਂ ਦਿੱਤੀ ਹੈਦਰਾਬਾਦ ਉਹ ਰਹਿ ਰਹੀ ਐ ਉੱਥੇ ਉਹ ਸਿੱਖਦੀ ਐ ਛੋਟੇ ਜਿਹੇ ਕਮਰੇ ਦੇ ਵਿੱਚ ਉਹਨੇ ਮਤਲਬ ਰਹਿਣਾ ਉਹਦਾ ਉਹਨੇ ਹਰਿਆਣਾ ਨਾਲ ਗੱਲ ਕੀਤੀ ਹਰਿਆਣੇ ਵਾਲੇ ਕਹਿੰਦੇ ਤੂੰ ਲੈਂਡ ਲੈਣੀ ਐ ਹੈਦਰਾਬਾਦ ਜਾ ਕੇ ਲੈ ਤੂੰ ਉੱਥੇ ਰਹਿਣੀ ਐ ਹੈਦਰਾਬਾਦ ਵਾਲੇ ਕਹਿੰਦੇ ਕਹਿੰਦੇ ਉਹ ਹਰਿਆਣੇ ਚ ਜਾ ਕੇ ਲੈ ਤੇ ਉਹ ਨਾਲ ਇਹ ਵੀ ਜਵਾਬ ਆਇਆ ਵੀ ਤੇਰੇ ਫਾਦਰ ਸਾਹਿਬ ਦਾ ਯੂਪੀ ਤੇਨ ਯੂਪੀ ਚ ਜਾ ਕੇ ਲੈ ਲੈ ਇਹ ਹਾਲਤ ਐ ਸਾਡੀ ਇਹਨਾਂ ਦੇ ਉੱਤੇ ਕਿਉਂ ਨਹੀਂ ਬੋਲਦੇ ਇਹ ਦੇ ਬੱਚਿਆਂ ਨੂੰ ਕਿਉਂ ਨਹੀਂ ਪਿੰਡਾਂ ਦੇ ਵਿੱਚ ਬੱਚੇ ਕਿੰਨੇ ਕਾਬਲ ਨੇ ਉਹਨਾਂ ਨੂੰ ਕਿਉਂ ਨਹੀਂ ਕੱਢਦੇ ਸਿੱਖਿਆ ਔਰ ਸਿਹਤ ਸਹੂਲਤਾਂ ਬਾਰੇ ਜ਼ੁਬਾਨ ਤੇ ਤਾਲੇ ਲੱਗੇ ਹੋਏ ਨੇ ਜ਼ੁਬਾਨ ਨਹੀਂ ਖੋਲਦੇ ਇਹਨਾਂ ਨੂੰ ਦੇ ਦਿਓ ਆ ਬਣਾ ਦਿਓ ਜੀ ਅੰਦਰ ਕਰ ਦਿਓ ਜੀ ਫਲਾਣੇ ਆ ਆ ਦੇਖੋ ਤੁਸੀਂ ਚਰਨੀ ਦੀ ਗੱਲ ਕੀਤੀ ਹੈ ਕੱਲ ਉੱਥੇ ਗ੍ਰਾਂਟ ਦੀ ਗੱਲ ਕਰਕੇ ਗਏ ਆ ਉਹ ਕਿ 140 ਕਰੋੜ ਤੋਂ ਵਧਾ ਕੇ 240 ਕਰੋੜ ਕਰਤੀ ਠੀਕ ਹੈ ਜੀ ਤੇ ਉਹਦੇ ਵੱਡੇ ਵੱਡੇ ਬੈਨਰ ਛਾਪ ਕੇ ਪੋਸਟਰ ਲਾਦੇ ਸਿੱਖਿਆ ਤੁਸੀਂ ਮਹਿੰਗੀ ਸਿੱਖਿਆ ਕਿੱਥੋਂ ਪ੍ਰਾਪਤ ਕਰ ਲੂਗਾ ਦੂਜੇ ਪਾਸੇ ਹੁਣ ਤੂੰ ਜਿਹੜੀ ਥੋੜੀ ਖਬਰ ਸੀਗੀ ਉਹਦੇ ਪਾਸੇ ਆਜੋ ਜਲਾਲਪੁਰ ਮਦਨ ਲਾਲ ਜਲਾਲਪੁਰ ਉਹ ਜੇਸ ਪਦਵੀ ਦੇ ਉੱਤੇ ਬੰਦਾ ਬੈਠਾ ਹੈ ਪਹਿਲਾਂ ਉਹਦੀ ਕੁਆਲੀਫਿਕੇਸ਼ਨ ਉਹਦਾ ਪਿਛੋਕੜ ਜਾਣ ਲੈਣਾ ਚਾਹੀਦਾ ਜੀ ਇੱਕ ਅਨ ਐਜੂਕੇਟਿਡ ਬੰਦਾ ਇੱਕ ਐਡੀ ਯੂਨੀਵਰਸਿਟੀ ਦੇ ਵੀਸੀ ਨੂੰ ਚੈਲੰਜ ਕਰ ਰਿਹਾ ਹੋਵੇ ਸਾਡੀ ਤਰਾਸਦੀ ਨਹੀਂ ਹੈਗੀ ਹੋਰ ਕੀ ਹੈ ਤੇ ਬਾਕੀ ਬੈਠੇ ਮੂੰਹ ਦੇਖ ਰਹੇ ਨੇ ਜੀ ਹਾਲਾਂਕਿ ਪਹਿਲਾਂ ਵੀ ਇਲਜ਼ਾਮ ਲੱਗੇ ਨੇ ਉਹ ਉਹਨਾਂ ਦੇ ਉੱਤੇ ਇਹ ਪੜ੍ਹੇ ਲਿਖੇ ਪਰਿਵਾਰ ਚੋਂ ਬੰਦਾ ਵੀ ਸੀ ਹੈ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਕਿਸੇ ਨੂੰ ਐ ਧਰਮ ਜਾਂ ਹੋਰ ਜਾਤ ਪਾਤ ਨਾਲ ਜੋੜ ਕੇ ਕਿਉਂ ਕਿਤਾ ਜਾਂਦਾ ਹੈ ਦੀ ਕਾਬਲੀਅਤ ਦੇਖਣੀ ਚਾਹੀਦੀ ਹੈ ਚਲੋ ਅੰਮ੍ਰਿਤਸਰ ਪੰਜਾਬ ਵਿਚਲੇ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਵਿੱਚ ਏਕਲ ਗੱਡਾ ਕੋਈ ਪਿੰਡ ਦਾ ਨਾਮ ਹੈ ਉੱਥੋਂ ਦੇ ਜੀ ਇਹ ਬਸਨੀਕ ਹੈ ਪਰਿਵਾਰ ਸਾਰਾ ਬੈਲ ਐਜੂਕੇਟਿਡ ਹੈ ਇਸ ਪਦਵੀ ਤੇ ਪਹੁੰਚਿਆ ਹੋਇਆ ਹੈ ਬੰਦਾ ਜਿਹੜਾ ਬੰਦਾ ਉੱਥੇ ਖੜ ਕੇ ਇਤਰਾਜ਼ ਜਿਤਾ ਰਿਹਾ ਬੀਸੀ ਤੇ ਵੇਹ ਬੰਦਾ ਲਾਇਆ ਆਰਐਸਐਸ ਦਾ ਬੰਦਾ ਕੀ ਸਬੂਤ ਨੇ ਆਰਐਸਐਸ ਦਾ ਬੰਦਾ ਪਹਿਲੀ ਗੱਲ ਚਲੋ ਹੋਣਗੇ ਭਾਈ ਪੇਸ਼ ਕਰ ਦਿੰਦੇ ਦੂਜੀ ਗੱਲ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਕਿ ਮਹਾਰਾਜਾ ਸਾਹਿਬ ਕਹਿ ਰਹੇ ਆ ਉਹ ਕੈਪਟਨ ਮਨਿੰਦਰ ਸਿੰਘ ਨੂੰ ਅੱਜ ਕਿਹੜਾ ਮਹਾਰਾਜਾ ਹੈ ਭਾਈ ਜਿਸ ਬੰਦੇ ਨੂੰ ਇਹ ਨਹੀਂ ਪਤਾ ਕਿ ਮਹਾਰਾਜਾ ਥੋੜੀ ਹੈ ਉਹ ਕਦੇ ਹੁੰਦੇ ਹੋਣਗੇ ਉਹਦੇ ਪੂਰਵਜ ਮਹਾਰਾਜੇ ਅੱਜ ਵੀ ਮਹਾਰਾਜਾ ਉਹਨੂੰ ਉਹਨਾਂ ਨੂੰ ਉਹ ਬੰਦੇ ਚੈਲੰਜ ਕਰ ਰਹੇ ਇੱਕ ਬੈਲ ਐਜੂਕੇਟਿਡ ਬੰਦੇ ਨੂੰ ਸੋ ਇਹ ਸਾਡੇ ਇਹ ਨਮਾਇंदे ਚੁਣੇ ਹੋਏ ਨੇ ਲੋਕਾਂ ਨੇ ਅਸੀਂ ਇਹਨਾਂ ਨੂੰ ਨਮਾਇੰਦਗੀ ਦਿੱਤੀ ਹੋਈ ਹੈ ਤੇ ਇਹ ਇਹ ਸਾਡੇ ਲੋਕਾਂ ਇਹ ਸਾਡੇ ਲੋਕਾਂ ਦਾ ਭਲਾ ਕਰਨਗੇ ਅਸੀਂ ਇੱਥੇ ਤੱਕ ਨਿਗਰ ਚੁੱਕਿਆ ਹਾਲਾਤ ਮਾੜੇ ਨੇ ਅਸੀਂ ਇਹਨਾਂ ਨੂੰ ਸਮਾਂ ਦਿਆ ਹੈ ਸਾਰੇ ਪੋਲੀਟੀਸ਼ੀਨਾਂ ਦੀ ਕੁਆਲਿਫਿਕੇਸ਼ਨਾਂ ਘੜਾ ਲਓ ਕੀ ਨੇ ਪਤਾ ਲੱਗ ਜਾਊਗਾ ਇਹ ਬਸ ਚਾਹ ਬਲੂ ਸਾਨੂੰ ਟਿਕਟਾਂ ਦੇ ਦੇ ਕੇ ਇਹਨਾਂ ਨੇ ਨਿਵਾਜਿਆ ਹੋਇਆ ਲੋਕ ਉਹਨਾਂ ਦੇ ਇਤਬਾਰ ਕਰਕੇ ਅੱਗੇ ਕਰ ਦਿੰਦੇ ਨੇ ਜਾਂ ਐਂ ਕਹ ਲਓ ਕਿ ਗਰੀਬੀ ਇੰਨੀ ਜ਼ਿਆਦਾ ਫੈਲਾਈ ਹੋਈ ਹੈ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਫੈਲਾਈ ਹੋਈ ਹੈ ਕਿਉਂਕਿ ਇਹਨਾਂ ਨੂੰ ਵੋਟਾਂ ਮਿਲ ਜਾਂਦੀਆਂ ਨੇ ਜੀ ਇਹ ਤੁਹਾਨੂੰ ਨਕਾਰਾ ਤੁਹਾਨੂੰ ਗਰੀਬ ਤੁਹਾਨੂੰ ਅਨਪੜ ਰੱਖਣ ਦੇ ਵਿੱਚ ਇਹ ਬੰਦੇ ਫਾਇਦਾ ਦੇਖਦੇ ਨੇ ਤੇ ਉਹ ਤੁਹਾਨੂੰ ਕਰੀ ਜਾ ਰਹੇ ਨੇ ਇਹ ਇਹਨਾਂ ਦਾ ਆਪਸੀ ਘਾਟੋਕਲੇਸ ਅੱਜ ਕੀ ਭਾਲਦੇ ਨੇ ਇਹ 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 ਕਹਿੰਦੇ ਨੇ ਸੁਖਵਿੰਦਰ ਜੀ ਕਹਿੰਦੇ ਵੀ ਜਿਵੇਂ ਸ਼ਾਇਦ ਚੰਨੀ ਨੇ ਮਾੜਾ ਮੋਟਾ ਸਾਥ ਦਿਆ ਬੋਲਿਆ ਬੋਲਾ ਸੀਐਮ ਬਣ ਗਿਆ ਕਿ ਵੱਧ ਤੋਂ ਵੱਧ ਬੋਲੋ ਵੱਧ ਤੋਂ ਵੱਧ ਟਵੀਟ ਕਰੋ ਜੀ ਵੱਧ ਤੋਂ ਵੱਧ ਆਪਣਿਆਂ ਦੀ ਉਹ ਖਲਾਫਤ ਕਰੀ ਜਾਓ ਸ਼ਾਇਦ ਅਸੀਂ ਸੀਐਮ ਬਣ ਜਾਈਏ ਤੇ ਚਾਹੇ ਸਿੱਧੂ ਹੈ ਜੀ ਚਾਹੇ ਕੋਈ ਹੋਰ ਹੈ ਵਿੱਚ ਗੱਲ ਆਈ ਸੀ ਵੀ ਸਿੱਧੂ ਨੂੰ ਸੀਐਮ ਬਣਾ ਦੋ ਬਣਾਣਾ ਵੀ ਚਾਹੁੰਦਾ ਉਹ ਆਪਦੇ ਮੂੰਹੋਂ ਵੀ ਕਹਿੰਦਾ ਵੀ ਭਗਵਾਨ ਸਿੰਘ ਦੇ ਮੁੰਡੇ ਨੂੰ ਬਣਾਣਾ ਸੀ ਸੀਐਮ ਫੇਰ ਦੇਖਦੇ ਹੈਨਾ ਐਦਾਂ ਹੀ ਮਦਨ لال ਜਲਾਲਪੁਰ ਹੋ ਗਏ ਜਾਂ ਹੋਰ ਹੋ ਗਏ ਜਿਹੜੇ ਐਦਾਂ ਦੇ ਰੌਲਾ ਪਾਉਣ ਲੱਗੇ ਹੁਣ ਜਦੋਂ ਕਰਨਾ ਸੀ ਉਦੋਂ ਤੁਸੀਂ ਕਿੱਥੇ ਸੀ ਅੱਜ ਤੁਹਾਨੂੰ ਖਲਾਬਤਾਂ ਯਾਦ ਆ ਗਈਆਂ ਬਿਲਕੁਲ ਅੱਜ ਕਿਉਂ ਖਲਾਬਤਾਂ ਯਾਦ ਆ ਗਈਆਂ ਪਹਿਲਾਂ ਡਰ ਸੀ ਕਿਸੇ ਦਾ ਕਿਸ ਚੀਜ਼ ਦਾ ਡਰ ਸੀ ਐਮਐਲਏ ਦਾ ਲੋਕਾਂ ਨੇ ਬਣਾਇਆ ਜਾਂ ਹੁਣ ਪਤਾ ਲੱਗਾ ਕਿ ਰੌਲਾ ਪਾਓ ਤਾਂ ਜਿਵੇਂ ਕਹਿੰਦੇ ਬੱਚਾ ਜੇ ਰੋਂਦਾ ਤਾਂ ਮਾਂ ਦੁੱਧ ਫੁਲਾਉਂਦੀ ਆ ਠੀਕ ਹੈ ਉਹ ਗੱਲ ਹੈ ਵੀ ਹਾਂ ਕੈਬਨਟਾਂ ਦੇ ਪਿੱਛੇ ਭੱਜੇ ਫਿਰਦੇ ਹੋਏ ਤੇ ਕੁਰਸੀਆਂ ਸੀਐਮ ਦੀ ਹੋੜ ਲੱਗੀ ਹੋਈ ਹੈ ਡਿਪਟੀ ਸੀਐਮ ਦੀ ਹੋੜ ਲੱਗੀ ਹੋਈ ਹੈ ਕਿਤੇ ਫਿਰ ਫਿਰ ਰੌਲਾ ਪਾਉਂਦੇ ਸਾਨੂੰ ਸਾਡੀ ਕੈਟਾਗਰੀ ਨੂੰ ਨੁਮਾਇੰਦਗੀ ਨਹੀਂ ਮਿਲੀ ਜੀ ਲੋ ਤੁਹਾਡੇ ਪਿੱਛੇ ਕੈਟਾਗਰੀ ਖੜੀ ਹੈ ਤੁਸੀਂ ਲੱਗੇ ਲਗੋਗੇ ਤਾਂ ਕੈਟਾਗਰੀ ਹੈ ਹੱਦ ਹੋ ਗਈ ਜਾਨੀ ਕਿ ਹੁਣ ਲੋਕਾਂ ਕੋਲ ਹੈ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਲੋਕ ਕਿੱਧਰਲੇ ਪਾਸੇ ਜਾਣਾ ਚਾਹੁੰਦੇ ਨੇ ਇਹਨਾਂ ਦਾਅਵਿਆਂ ਬਾਦ ਹੈ ਖੋਖਲੇ ਵਾਦਿਆਂ ਦੇ ਪਿੱਛੇ ਲੱਗ ਕੇ ਫੇਰ 5 ਸਾਲ ਗੁਲਾਮੀ ਕਰਨ ਵਾਸਤੇ ਆਪਣੇ ਸਿਰ ਤੇ ਬਿਠਾਣਾ ਨੇ ਲੋਕਾਂ ਨੂੰ ਜਾਂ ਨਿਜਾਮ ਬਦਲਣਾ ਹੈ ਇਹ ਸੋਚ ਲੈਣਾ ਚਾਹੀਦਾ ਜੀ ਜੀ ਪ੍ਰਮਿੰਦਰ ਜੀ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਸ਼ੁਕਰੀਆ ਇਸਾਨ ਸਾਡੇ ਨਾਲ ਪਰਮਿੰਦਰ ਸਿੰਘ ਰਾਏਪੁਰ ਜੀ ਜਿਨ੍ਹਾਂ ਨੇ ਅੱਜ ਦੀਆਂ ਜਿਹੜੀਆਂ ਅਹਿਮ ਖਬਰਾਂ ਸੀ ਉਹਨਾਂ ਤੇ ਆਪਣੇ ਵਿਚਾਰ ਰੱਖੇ ਨੇ ਉਹਨਾਂ ਦੇ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਲੱਗੇ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਅਗਲੀ ਵਾਰ ਕਿਸੇ ਹੋਰ ਮੁੱਦੇ ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਆਗਿਆ ਰੱਬ ਰਾਖਾ